ਮੈਂ ਸੁੱਚਾ ਭਾਟੀਆ ਲਾਈਵ ਨਿਊਜ਼ ਚੈਨਲ ਤੋਂ। ਨਮਸਕਾਰ, ਇਸ ਟਾਈਮ ਅਸੀਂ ਜਾਲੜੇ ਵਿਖੇ ਖੜੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜਿਹੜੀ ਮਾਰਕੀਟ ਆ ਬੰਦ ਪਈ ਆ ਔਰ ਕਿਸੇ ਵੀ ਆਉਣ ਜਾਣ ਵਾਲੇ ਬੰਦੇ ਦਾ ਕੁਛ ਵੀ ਮਤਲਬ ਨਹੀਂ ਦਿਖਾਈ ਦੇ ਰਿਹਾ, ਜੋ ਕਿ ਇੱਕ ਬਿਲਕੁਲ ਸੁੰਨਮਸਾਨ ਹੈ। ਅਤੇ ਇੱਥੇ ਦਾ ਜਿਹੜਾ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਪੁਖਤਾ ਪ੍ਰਬੰਧ ਕੀਤੇ ਹੋਏ ਆ, ਅਤੇ ਨਾਲ ਨਾਲ ਜਿਹੜੀ ਪਬਲਿਕ ਹੈ ਉਹਨੇ ਵੀ ਬਹੁਤ ਵੱਡਾ ਸਾਥ ਦਿੱਤਾ ਹੋਇਆ। ਇਹਨਾਂ ਦਾ ਮੁੰਡੇ ਨਾਲ ਮੁੰਡਾ ਲਾ ਕੇ ਚੱਲ ਰਹੀ ਹੈ ਪ੍ਰਸ਼ਾਸਨ ਦੇ ਨਾਲ, ਅਤੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜੋ ਅੱਜ ਅਸੀਂ ਜਾਲੜਾ ਚੌਂਕੀ ਵਿੱਚ ਆਏ ਹਾਂ ਜਿੱਥੇ ਕਿ ਇਹ ਸਾਰਾ ਏਰੀਆ ਜਿਹੜਾ ਹੈਗਾ NRI ਏਰੀਆ ਹੈ, ਅਤੇ ਕੁਛ ਆਪਣੇ ਜਿਹੜੇ ਕਰੋਨਾ ਦੇ ਸੰਬੰਧ ਦੇ ਵਿੱਚ ਆਪਾਂ ਇੱਥੇ ਗੱਲ ਕਰਨ ਵਾਸਤੇ ਆਏ ਸੀਗੇ, ਅਤੇ ਅਸੀਂ ਪੁੱਛਦੇ ਹਾਂ ਆਪਣੇ ਜਿਹੜੇ ਇੱਥੇ ਦੇ ਚੌਂਕੀ ਇੰਚਾਰਜ ਹੈਗੇ ਨੇ ਕਿ ਇਹ ਇੱਥੇ ਕੋਈ ਕਿਸੇ ਤਰ੍ਹਾਂ ਦਾ ਕੇਸ ਤਾਂ ਨਹੀਂ ਹੈ। ਅਤੇ ਦੂਸਰੀ ਗੱਲ ਕਰਾਂਗੇ ਆਪਾਂ ਕਿ ਪ੍ਰਸ਼ਾਸਨ ਵੱਲੋਂ ਦਿੱਤੀ ਜਾਣ ਵਾਲੀ ਜਿਹੜੀ ਸਹਾਇਤਾ ਹੈ ਉਹ ਲਗਭਗ ਲੋਕਾਂ ਨੂੰ ਮਿਲਦੀ ਹੈ ਜਾਂ ਨਹੀਂ, ਅਤੇ ਅਗਰ ਨਹੀਂ ਮਿਲਦੀ ਤਾਂ ਉਹਦਾ ਹੈਲਪਲਾਈਨ ਕੀ ਹੈ ਜਾਂ ਉਹਨਾਂ ਦੀ ਕਿਸ ਤਰੀਕੇ ਨਾਲ ਮਦਦ ਕੀਤੀ ਜਾ ਸਕਦੀ ਹੈ, ਬਾਕੀ ਜਿਸੇ ਬੰਦਿਆਂ ਦਾ ਕੀ ਰੋਲ ਹੈ ਉਹਦੇ ਵਿੱਚ। ਚਲੋ ਆਓ ਆਪਾਂ ਪੁੱਛਦੇ ਹਾਂ ASI ਸਾਹਿਬ ਤੋਂ। ਪਹਿਲਾਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਜਾਲੜਾ ਹੈਗਾ ਇਹ ਇੱਕ NRI ਏਰੀਆ ਹੈ, ਇੱਥੇ ਦੇ ਜਿਹੜੇ ਨੇੜੇ ਤੇੜੇ ਦੇ ਪਿੰਡ ਵੀ ਹੈਗੇ ਉਹ ਵੀ ਇੱਕ NRI ਹੈ, ਜ਼ਿਆਦਾ ਤੋਂ ਜ਼ਿਆਦਾ ਇੱਥੇ ਜਿਹੜੇ ਹੈਗੇ ਆ NRI ਰਹਿ ਰਹੇ। ਅਤੇ ਤੁਸੀਂ ਕੁਛ ਸਰਵੇਖਣ ਕੀਤਾ ਇੱਥੇ ਦਾ ਕਿ ਕੋਈ ਇੱਦਾਂ ਦਾ ਕੇਸ ਜਿਹੜਾ ਹੈਗਾ ਹੈ ਕਿ ਜਿਹੜਾ ਇਸ ਚੀਜ਼ ਦੇ ਨਾਲ ਅਟੈਚ ਹੁੰਦਾ ਹੋਵੇ ਕਰੋਨਾ ਦੇ ਨਾਲ, ਕੋਈ ਹੈ ਜਾਂ ਨਹੀਂ ਹੈ? ਚੌਂਕੀ ਦੇ 16 ਪਿੰਡਾਂ ਦੇ ਵਿੱਚ ਕੋਈ ਇਹੋ ਜਿਹਾ ਕੇਸ ਨਹੀਂ ਆਇਆ ਜਿਹੜਾ ਕਰੋਨਾ ਨਾਲ ਸੰਬੰਧਿਤ ਹੋਵੇ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਕਿ ਜਿਹੜੀ ਗਰੀਬ ਲੋਕਾਂ ਨੂੰ ਇਸ ਟਾਈਮ ਬੜੀ ਪ੍ਰੋਬਲਮ ਹੋ ਰਹੀ ਹੈ, ਹਾਂਜੀ, ਕਿ ਉਹਨਾਂ ਦੇ ਘਰ ਦੇ ਵਿੱਚ ਕਈਆਂ ਦੇ ਕਰਫਿਊ ਲੱਗਣ ਦੇ ਕਾਰਨ ਰਾਸ਼ਨ ਦੀ ਮੁਹੱਈਆ ਨਹੀਂ ਹੋ ਰਿਹਾ, ਬੜੀ ਪ੍ਰੋਬਲਮ ਆ ਰਹੀ ਲੋਕਾਂ ਨੂੰ ਸਬਜ਼ੀ ਦੀ ਵੀ ਤੇ ਕਿਸੇ ਵੀ ਤਰ੍ਹਾਂ ਦੀ ਆ ਰਹੀ ਹੈ, ਪੈਸੇ ਧੇਲੇ ਵਜੋਂ ਵੀ ਬਹੁਤ ਲੋਕੀ ਪਰੇਸ਼ਾਨ ਹੈ। ਤੇ ਆਪਾਂ ਇਹ ਪੁੱਛਣਾ ਚਾਹੁੰਦੇ ਜੀ ਉਹਦੇ ਲਈ ਕੀ ਕਰ ਸਕਦੇ ਜੀ, ਆਪਾਂ ਕੀ ਕਰ ਸਕਦੇ ਤੇ ਪ੍ਰਸ਼ਾਸਨ ਨੇ ਤੁਹਾਨੂੰ ਕੀ ਹਦਾਇਤ ਦਿੱਤੀ ਹੈ ਜੀ? ਅਸੀਂ ਆਪਣੇ ਵੱਲੋਂ ਆਪਣੇ ਸੱਜਣਾ ਮਿੱਤਰਾਂ ਜਾਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਉਹਨਾਂ ਨੂੰ ਘਰ ਘਰ ਜਾ ਕੇ ਦੂਜੀਆਂ ਚੌਲੇ ਵਜੋਂ ਰਾਸ਼ਨ ਪਹੁੰਚਾ ਰਹੇ ਹਾਂ ਜੀ। ਹੋਰ ਵੀ ਸਰਕਾਰ ਵੱਲੋਂ ਵੀ ਜੇ ਗਸ਼ਤ ਲਗਾਈ, ਪੈਟਰੋਲਿੰਗ ਪਾਰਟੀਆਂ ਲਾਈਆਂ ਗਈਆਂ, ਸਿਵਲ ਪ੍ਰਸ਼ਾਸਨ ਦੇ ਅਫਸਰ ਨੇ, ਸਾਡੇ ਪੁਲਿਸ ਅਫਸਰ ਨੇ, ਉਹ ਜਿਹਨਾਂ ਨੂੰ ਕੋਈ ਲੋੜ ਹੁੰਦੀ ਹੈ ਉੱਥੇ ਰਾਸ਼ਨ ਮੁਹੱਈਆ ਕਰਾਇਆ ਜਾਂਦਾ। ਤੇ ਇਹ ਸਰਕਾਰ ਵੱਲੋਂ ਕੋਈ ਇਹਨਾਂ ਨੂੰ ਕੋਈ ਹੈ ਜੀ? ਹਾਂਜੀ, ਸਰਕਾਰ ਵੱਲੋਂ ਵੀ ਰਾਸ਼ਨ ਆ ਰਿਹਾ, ਜਿਹਨਾਂ ਦੇ ਵਿੱਚ ਭੇਜ ਰਹੇ ਆਪਣੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਨੇ, ਪੁਲਿਸ ਅਧਿਕਾਰੀ ਨਾਲ ਨੇ, ਦੇ ਰਹੇ ਆ ਰਾਸ਼ਨ ਦੇ ਰਹੇ। ਜਿਹੜੇ ਗਰੀਬ ਤਬਕੇ ਦੇ ਲੋਕੀ ਹੈਗੇ ਆ ਉਹਨਾਂ ਵਾਸਤੇ ਇਹ ਚੀਜ਼ ਮੁਹੱਈਆ ਹੋਈ ਹੈ ਜੀ। ਤੇ ਦੂਸਰੀ ਗੱਲ ਜਿਹੜੀ ਕਿ ਇਹ ਹੈ ਕਿ ਇਸ ਟਾਈਮ ਜਿਹੜੀ ਪੋਜੀਸ਼ਨ ਹੈਗੀ ਆ ਬਹੁਤ ਜ਼ਿਆਦਾ ਦਰਦਨਾਕ ਹੈ ਸਾਡੇ ਹਿੰਦੁਸਤਾਨ ਦੀ, ਪੂਰੇ ਦੀ, ਵਿਸ਼ਵ ਦੀ, ਸਾਰਿਆਂ ਦੀ, ਤੇ ਉਹਦੇ ਵਿੱਚ ਅਸੀਂ ਕੀ ਯੋਗਦਾਨ ਪਾ ਰਹੇ ਹਾਂ ਜੀ ਵੱਧ ਤੋਂ ਵੱਧ? ਦੇਖੋ ਜੀ, ਅਸੀਂ ਤੇ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਇਹਨੂੰ ਔਖੀ ਘੜੀ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਰਹਿ ਕੇ ਇਹਦਾ ਸਾਹਮਣਾ ਕਰੀਏ ਰਲ ਮਿਲ ਕੇ ਬਿਮਾਰੀ ਦਾ, ਤਾਂ ਕਿ ਅੱਗੇ ਫੈਲਣ ਤੋਂ ਡਰ ਨਹੀਂ ਹੁੰਦੇ, ਇੱਥੇ ਹੀ ਅਸੀਂ ਪ੍ਰਸ਼ਾਸਨ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲੀਏ, ਪਰ ਇਹੋ ਜਿਹੇ ਸ਼ਰਾਰਤੀ ਅਨਸਰ ਵੀ ਹੈਗੇ ਜਿਹੜੇ ਇਸ ਚੀਜ਼ ਨੂੰ ਸਮਝਦੇ ਨਹੀਂ ਹੈ, ਲੇਕਿਨ ਬੜੇ ਅਫਸੋਸ ਦੀ ਗੱਲ ਹੈ। ਤੇ ਫਿਰ ਵੀ ਅਸੀਂ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸਾਡੇ ਨਵਾਂਸ਼ਹਿਰ ਜ਼ਿਲ੍ਹੇ ਦਾ ਇਹ ਬਹੁਤ ਹੀ ਵਧੀਆ ਹੈ, ਬਹੁਤ ਹੀ ਢੰਗ ਦੇ ਨਾਲ ਇਹਨਾਂ ਨੇ ਹਰ ਚੀਜ਼ ਨੂੰ ਮੋਟੀਫਾਈ ਕੀਤਾ ਹੈ, ਇਸ ਚੀਜ਼ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਪ੍ਰਸ਼ਾਸਨ ਦਾ। ਇਹ ਜਿਹੜਾ ਸਰ ਜੀ ਆਪਣੇ ਕੋਈ ਜਿਹੜੇ ਰਾਸ਼ਨ ਦਾ ਜਾਂ ਕਿਸੇ ਹੋਰ ਤਰ੍ਹਾਂ ਦੀ ਜਿਹੜੀ ਗਰੀਬਾਂ ਨੂੰ ਸਮੱਸਿਆ ਆ ਰਹੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਆ ਰਹੀ ਹੈ ਜੋ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਹੈਗੀ ਹੈ,
ਤਾਂ ਉਸ ਚੀਜ਼ ਨੂੰ ਉਹਦੇ ਵਾਸਤੇ ਪ੍ਰਸ਼ਾਸਨ ਨੇ ਤੁਹਾਨੂੰ ਕੁਛ ਇਹੋ ਜਿਹਾ ਕੋਈ ਨੰਬਰ ਅਵੇਲੇਬਲ ਕੀਤਾ? ਹਾਂਜੀ, 112 ਜਿਹੜਾ ਨੰਬਰ, 112 ਹੈਲਪਲਾਈਨ ਨੰਬਰ ਆ ਜੀ। ਨੰਬਰ 2 ਤੇ ਸਾਡੇ DSP ਸਾਹਿਬ ਸ਼੍ਰੀ ਹਰਮੀਤ ਸਿੰਘ ਜੀ ਸਬ ਡਿਵੀਜ਼ਨ ਨਵਾਂਸ਼ਹਿਰ, ਉਹਨਾਂ ਨੇ ਸਾਰੇ ਸਰਪੰਚਾਂ ਦਾ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਜੀ। ਜੇ ਕਿਸੇ ਪਿੰਡ ਦੇ ਬੰਦੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ, ਉਹ ਆਪਣੇ ਸਰਪੰਚ ਨੂੰ ਦੱਸਦੇ, ਸਰਪੰਚ ਉਸੇ ਵਟਸਐਪ ਵਿੱਚ ਉਹਦੀ ਜੋ ਵੀ ਦੁੱਖ ਤਕਲੀਫ ਪਾ ਦਿੰਦੇ ਤੇ ਜਿੱਦਾਂ ਉਦੋਂ ਹੀ ਉਹ ਤਕਲੀਫ ਨੂੰ ਦੂਰ ਕਰਦਾ। ਕੋਈ ਪ੍ਰੋਬਲਮ ਹੁੰਦੀ ਹੈ ਤਾਂ 112 ਨੰਬਰ ਤੇ ਉਹ ਡਾਇਲ ਕਰਕੇ ਆਪਣੀ ਸਮੱਸਿਆ ਪੁਲਿਸ ਨੂੰ ਦੱਸ ਸਕਦਾ ਹੈ, ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਹੈ ਤਾਂ ਉਹਦੇ ਤੇ ਕੁਇਕਲੀ ਐਕਸ਼ਨ ਹੁੰਦਾ ਹੈ, ਤੇ ਉਸ ਚੀਜ਼ ਤੇ ਉਹ ਗੌਰ ਕਰਦਾ ਪੁਲਿਸ ਪ੍ਰਸ਼ਾਸਨ। ਅਸੀਂ ਪੁਲਿਸ ਪ੍ਰਸ਼ਾਸਨ ਦਾ ਤੇ ਨਵਾਂਸ਼ਹਿਰ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹੋ ਜਿਹੇ ਦੁੱਖ ਭਰੇ ਟਾਈਮ ਦੇ ਵਿੱਚ ਲੋਕਾਂ ਦੇ ਨਾਲ ਇੰਨਾ ਸਹਿਯੋਗ ਦੇ ਕੇ ਉਹ ਖੜੇ ਹੋਏ ਆ ਜੀ। ਪ੍ਰਸ਼ਾਸਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ।